ਜਿਹੜੇ ਚੇਤਨ ਸਿੰਘ ਜੋੜੇ ਮਾਜਰਾ ਇਹਨਾਂ ਨੂੰ ਖੁਦ ਦਾ ਆਪਣਾ ਥੋੜਾ ਦਿਮਾਗ ਦਾ ਇਲਾਜ ਕਰਵਾਉਣ ਦੀ ਲੋੜ ਆ ਅੱਜ ਕਿਉਂਕਿ ਇਹ ਇੱਕ ਐਡਾ ਵੱਡਾ ਵਾਈਸ ਚਾਂਸਲਰ ਤਿੰਨ ਦਫਾ ਵਾਈਸ ਚਾਂਸਲਰ ਰਿਹਾ ਹੋਵੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦਾ ਪੀਜੀਆਈ ਦੇ ਵਿੱਚ ਉਹ ਹੱਡੀਆਂ ਦਾ ਜਿਹੜਾ ਡਿਪਾਰਟਮੈਂਟ ਹੈਚਓਡੀ ਰਹੀ ਨੇ 32 ਦੇ ਕਾਲਜ ਦਾ ਉਹ ਡਾਇਰੈਕਟਰ ਰਿਹਾਗੇ ਨੇ ਔਰ ਐਡੀ ਵੱਡੀ ਸ਼ਖੀਅਤ ਔਰ ਉਹਨਾਂ ਨੇ ਆਪਣੇ 19 ਸਾਲ ਦੇ ਜਿਹੜਾ ਉਹਨਾਂ ਦਾ ਤਜਰਬਾ ਜਦੋਂ ਆਪਰੇਸ਼ਨ ਕਰਨੇ ਕਿਤੇ ਕੋਈ 20000 ਦੇ ਕਰੀਬ ਉਹਨਾਂ ਨੇ ਸਰਜਰੀ ਕੀਤੀ ਹੈਗੀ ਆ ਔਰ ਐਡਾ ਵੱਡਾ ਨਾਮ ਔਰ ਤੁਸੀਂ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਇਨਸਲਟ ਕਰ ਰਹੇ ਹੋ ਚੇਤਨ ਮਾਜਰਾ ਹੈ ਕੌਣ ਕਿੰਨੇ ਰਾਈਟ ਦੇ ਦਿੱਤਾ ਇਹਨੂੰ ਚੇਤਨ ਮਾਇਰ ਨੇ ਕਿ ਕਿਸੇ ਐਡੇ ਵੱਡੇ ਬੰਦੇ ਦੀ ਤੁਸੀਂ ਇੱਕ ਪੀਐਨ ਦੀ ਨਹੀਂ ਇਨਸਲਟ ਕਰ ਸਕਦੇ ਹੈਗੇ ਇੱਕ ਇੱਕ ਆਪਣੇ ਅੰਗਰੇਜ਼ਾਂ ਦਾ ਰਾਜ ਆ ਜਾਂ ਮੁਗਲਾਂ ਦਾ ਰਾਜ ਹੈਗਾ ਇਹ ਡੈਮੋਕ੍ਰੇਸੀ ਆ ਲੋਕਤੰਤਰ ਆ ਲੋਕਤੰਤਰ 'ਚ ਤੁਹਾਨੂੰ ਹੱਕ ਕਿਨੇ ਦੇ ਦਿੰਦਾ ਕੱਲ ਨੂੰ ਭਗਵੰਤ ਮਾਨੜ ਕਹੂਗਾ ਚੀਫ ਸੈਕਟਰੀ ਨੂੰ ਮੇਰੇ ਨਾਲ ਚੱਲ ਤੇ ਜਿੰਨੇ ਪਹਿਲੀ ਮੰਜ਼ਲ ਤੋਂ ਲੈ ਕੇ ਨੌਵੀਂ ਮੰਜ਼ਲ ਤੱਕ ਬਾਥਰੂਮ ਮੇਰੇ ਨਾਲ ਚੈੱਕ ਕਰਾ ਜੇ ਬਾਥਰੂਮ ਗੰਦਾ ਹੈਗਾ ਤੇ ਤੂੰ ਇੱਥੇ ਪਹਿਲਾਂ ਬਾਥਰੂਮ ਕਰਕੇ ਦਿਖਾ ਇਹ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੇ ਹਾਲਾਤ ਬਣਾਉਣੇ ਹੈਗੇ ਨੇ ਮੈਨੂੰ ਲੱਗਦਾ ਹੈ ਕਿ ਚੇਤਨ ਮਾਇਰਾ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਉਹ ਰਾਜ ਬਹਾਦਰ ਡਾਕਟਰ ਆ ਜਿਹਨੂੰ ਲੋਕੀ ਪੂਜਦੇ ਨੇ ਉਹਨਾਂ 20-22 ਹਜ਼ਾਰ ਲੋਕਾਂ ਦਾ ਆਪਰੇਸ਼ਨ ਕੀਤਾ ਗਾ ਔਰ ਉਦੋਂ ਤੇ ਚੇਤਨ ਮਾਇਰਾ ਜੰਮਿਆ ਨਹੀਂ ਹੋਣਾ ਜਦੋਂ ਦਾ ਉਹਨਾਂ ਨੇ ਮੈਡੀਕਲ ਐਮਬੀਬੀਐਸ ਕੀਤੀ ਹੈਗੀ ਆ ਤੇ ਉਹਦਾ ਤੁਸੀਂ ਬਾਇਓਗ੍ਰਾਫੀ ਪੜ੍ਹ ਕੇ ਦੇਖੋ ਤੁਸੀਂ ਹੈਰਾਨ ਹੋ ਜਾਓਗੇ ਕਿ ਇੰਨੇ ਲੰਮੇ ਚੌੜੀ ਉਹਨਾਂ ਦੀ ਬਾਇਓਗ੍ਰਾਫੀ ਔਰ ਚੇਤਨ ਮਾਇਰਾ ਖੁਦ ਕਿੰਨਾ ਪੜਿਆ ਗਿਆ 12 12 ਮਹੀਨੇ ਦੂਜੇ ਦਰਜੇ ਚ ਕੀਤੀਆਂ ਗਈਆਂ ਤੇ ਜਿਹੜਾ ਖੁਦ ਇੱਕ 12 ਪੜਿਆ ਬੰਦਾ ਉਹ ਇੱਕ ਵਾਈਸ ਚਾਂਸਲਰ ਦੇ ਨਾਲ ਬਤਮੀਤ ਜੀ ਦੇ ਨਾਲ ਪੇਸ਼ ਆ ਰਿਹਾ ਕੱਲ ਨੂੰ ਕਹੂਗਾ ਕਿ ਤੁਸੀਂ ਆਪਰੇਸ਼ਨ ਕਰਕੇ ਦਿਖਾਓ ਤੁਹਾਨੂੰ ਆਪਰੇਸ਼ਨ ਨਹੀਂ ਕਰਨਾ ਤਾਂ ਮੰਨਿਆ ਉਥੇ ਪ੍ਰਬੰਧ ਨਹੀਂ ਹੈਗੇ ਤੁਸੀਂ ਦਫਤਰ ਦੇ ਵਿੱਚ ਬੈਠ ਕੇ ਕਰ ਕਹਿ ਸਕਦੇ ਕਿ ਵਾਈਸ ਚਾਂਸਲਰ ਸਾਹਿਬ ਇਹ ਗਲਤ ਆ ਸਫਾਈ ਰੱਖੋ ਤੁਹਾਡਾ ਕੀ ਫਾਇਦਾ ਪਿਛਲੇ ਤੁਸੀਂ ਜਦੋਂ ਦੇ ਮੰਤਰੀ ਬਣੇ ਨੇ 10-12 ਹਸਪਤਾਲਾਂ ਦੇ ਵਿੱਚ ਤੁਸੀਂ ਛਾਪੇ ਕਰਿਓ ਤੁਹਾਡਾ ਰਾਈਟ ਆ ਪਰ ਤੁਹਾਡਾ ਕੀ ਤੁਹਾਡੀ ਵਕਤ ਕੀ ਹੈ ਤੁਹਾਡੀ ਇੱਜ਼ਤ ਕੀ ਹੈ ਕਿ ਹਲੇ ਤੱਕ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੇ ਹਸਪੀਟਲ ਆ ਉਹ ਸਹੀ ਨਹੀਂ ਹੋਏ ਫਿਰ ਛਾਪੇ ਮਾਰਨ ਦਾ ਕੀ ਫਾਇਦਾ ਹੈਗਾ ਡੁੱਪ ਕੇ ਮਰ ਜਾਣਾ ਚਾਹੀਦਾਗਾ ਜੇ ਤੁਹਾਡੇ ਇੱਕ ਛਾਪੇ ਮਾਰਨ ਤੋਂ ਬਾਅਦ ਸਿਸਟਮ ਨਹੀਂ ਸੁਧਰਿਆਗਾ ਤੇ ਤੁਸੀਂ ਕੀ ਲੈਣਾ ਹੈਗਾ ਤੁਸੀਂ ਲੋਕਾਂ ਨੂੰ ਬੇਇੱਜ਼ਤੀ ਕਰ ਕੋ ਸਾਫ ਦਾ ਮੁੱਖ ਮੰਤਰੀ ਚੰਸੀਕ ਚੰਨੀ ਦੀ ਤੁਹਾਡੇ ਨਾਲ ਨਹੀਂ ਬੰਦੀ ਆ ਗਈ ਸੀ ਤੁਸੀਂ ਉਹਦੀ ਪਰਚਾਈ ਦੀ ਜਾ ਕੇ ਬੇਇੱਜ਼ਤੀ ਕਰਦੇ ਤੁਸੀਂ ਖੁਦ 12 ਪਾਸ ਦੇ ਤੁਹਾਨੂੰ ਪਤਾ ਨਹੀਂ ਕਿ ਲੇਬਰ ਰੂਮ ਚ ਜਾਣਾ ਵਾ ਜੁੱਤੇ ਲਾ ਕੇ ਜਾਣਾ ਹੈਗਾ ਤੁਸੀਂ ਟੱਬਰ ਦਾ ਟੱਬਰ ਲਾਣੇ ਦਾ ਲਾਣਾ ਆਮ ਆਦੀ ਪਾਰਟੀ ਚੁੱਕ ਕੇ ਲੈ ਜਾਂਦੇ ਵਾਈਸ ਚਾਂਸਲਰ ਦੀ ਅੱਜ ਕੀ ਪੱਲੇ ਰਹਿ ਗਿਆ ਡਾਕਟਰ ਰਾਜ ਬਹਾਦਰ ਦੇ ਪੱਲੇ ਕੀ ਰਹਿ ਗਿਆ ਔਰ ਮੈਂ ਤਾਂ ਕਿ ਡਿਮਾਂਡ ਕਰਦਾ ਕਿ ਜਿਹੜੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਗੇ ਤੁਰੰਤ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਸਰਕਾਰ ਦੇ ਖਿਲਾਫ ਇਹਨੂੰ ਰਾਈਟ ਕਿਨੇ ਦੇ ਦਿੱਤਾ ਹੈਗਾ ਭਗਵੰਤ ਮਾਨ ਨੂੰ ਮਾਫੀ ਮੰਗਣੀ ਚਾਹੀਦੀ ਹੈਗੀ ਇਸ ਬੰਦੇ ਦੇ ਕਾਰਨ ਸਿਹਤ ਸਿਹਤ ਮੰਤਰੀ ਕੋ ਤੇ ਖੁਦਾ ਹੋ ਗਿਆ ਠੀਕ ਹੈ ਉਸੇ ਪ੍ਰਬੰਧ ਮਾੜੇ ਹੋ ਸਕਦੇ ਨੇ ਲੇਕਿਨ ਮੰਨ ਕੇ ਚੱਲਦੇ ਕਿ ਉਹਨਾਂ ਦਾ ਕਸੂਰ ਹੈਗਾ ਡਾਕਟਰ ਆਜ਼ਮਾਦਰ ਦਾ ਕਸੂਰ ਹੈ ਪਰ ਸੇਤ ਮੰਤਰੀ ਨੂੰ ਕਿਨੇ ਰਾਈਟ ਦੇਤਾ ਕਿ ਐਡੇ ਵੱਡੀ ਸ਼ਕਤੀ ਦੇ ਦੇ ਨਾਲ ਬਤਮੀਜੀ ਕਰਕੇ ਲੰਮੇ ਪੈ ਕੇ ਦਿਖਾਓ ਜੇ ਤੁਹਾਨੂੰ ਪਤਾ ਲੱਗੇ ਕੀ ਸਮਝੀਏ ਕਿ ਤਜਰਬੇ ਦੀ ਘਾਟ ਹੈ ਸਿਆਸਤਦਾਨ ਵਜੋਂ ਮੰਤਰੀ ਦੀ ਕੁਰਸੀ ਨਵੀਂ ਨਵੀਂ ਮਿਲੀ ਹੈ ਫਤੂਰ ਹੈ ਦਿਮਾਗ ਦੇ ਉੱਤੇ ਇਸ ਕਰਕੇ ਸਾਰਾ ਕੁਝ ਮੈਨੂੰ ਤਾਂ ਲੱਗਦਾ ਫਤੂਰ ਹੈ ਕਹਿੰਦੇ ਹੁੰਦੇ ਨੇ ਸਿਆਣੇ ਕਹਿੰਦੇ ਤੇ ਜਦੋਂ ਛੋਟਾ ਭਾਂਡਾ ਜਲਦੀ ਭਰ ਜੇ ਨਾ ਫਿਰ ਇਦਾਂ ਦਾ ਹੀ ਹੁੰਦਾ ਆਮ ਆਦੀ ਪਾਰਟੀ ਵਾਲਿਆਂ ਦੇ ਵੀ ਇਦਾਂ ਹੀ ਹੋ ਗਿਆ ਬਤਮੀਜੀ ਇੱਕ ਜਲੰਧਰ ਦਾ ਐਮਐਲਏ ਸ਼ੀਤੰਗ ਅੰਗਰਾਲ ਨੌਂ ਔਰ ਤੇ ਪਰਚੇ ਦਰਜ ਆ ਗਏ ਨੇ ਸ਼ਰਾਬਾਂ ਦੇ ਕੁੱਟ ਮਾਰਦੇ 420 ਦੇ ਆਰਮੈਕਟ ਦੇ ਉਹ ਜਾ ਕੇ ਏਡੀਸੀ ਨੂੰ ਧਮਕਾਉਂਦਾ ਇਹਨਾਂ ਦੀ ਅਨਮੋਲ ਗਗਨਮਾਲ ਸੀ ਐਮਐਲਏ ਸੀ ਚਲ ਹੁਣ ਮੰਤਰੀ ਬਣ ਗਈ ਉਹ ਜਾ ਕੇ ਡੀਐਸਪੀ ਦੀ ਕੁਰਸੀ ਤੇ ਬੈਠ ਗਈ ਉਹ ਜਿਹੜਾ ਲਾਪ ਸਿੰਘ ਉੱਗੋ ਕੇ ਉਹ ਜਾ ਕੇ ਪ੍ਰਿੰਸੀਪਲ ਦੀ ਕੁਰਸੀ ਤੇ ਜਾ ਕੇ ਬੈਠ ਗਿਆ ਇਹਨਾਂ ਨੂੰ ਰਾਈਟ ਕਿਨੇ ਦੇ ਦਿੱਤਾਗਾ ਇਹਨੇ ਅਨਪੜਤ ਨਹੀਂ ਹੋ ਸਕਦੇ ਦਿਮਾਗ ਖਰਾਬ ਹੋ ਗਿਆ ਇਹਨਾਂ ਦਾ ਅਸਲ ਦੇ ਵਿੱਚ ਔਰ ਜਿਹੜਾ ਅੱਜ ਇਹਨਾਂ ਨੇ ਕੀਤਾ ਨਾ ਚੇਤਨ ਸਿੰਘ ਜੋੜੇ ਮਾਇਰ ਨੇ ਇਹਨੇ ਪੂਰੀ ਡਾਕਟਰੀ ਦੀ ਡਾਕਟਰਾਂ ਦੀ ਬੇਇੱਜ਼ਤੀ ਕੀਤੀ ਔਰ ਮੈਨੂੰ ਲੱਗਦਾ ਕਿ ਡਾਕਟਰ ਸਾਰੇ ਹੜਤਾਲ ਤੇ ਜਾਣਗੇ ਤੁਸੀਂ ਰਾਜ ਭਾਦਰ ਤੁਸੀਂ ਇੱਕ ਤੁਹਾਨੂੰ ਰਾਈਟ ਨਹੀਂ ਕਾਨੂੰਨ ਨਹੀਂ ਰਾਈਟ ਦਿੰਦਾ ਕਿ ਤੁਸੀਂ ਇੱਕ ਚਪੜਾਸੀ ਦੀ ਵੀ ਇਨਸਲਟ ਕਰੋ ਤੁਸੀਂ ਕਰਨ ਰਾਜ ਭਾਦਰ ਦੇ ਡਾਕਟਰ ਸਾਹਿਬ ਨੂੰ ਦਫਤਰ ਚ ਬਿਠਾਉਂਦੇ ਕਿ ਵਾਈਸ ਚਾਂਸਲਰ ਸ਼ੋਭਾ ਨਹੀਂ ਦਿੰਦਾ ਥੋੜਾ ਜਿਹਾ ਦਫਤਰੋਂ ਬਾਹਰ ਨਿਕਲ ਕੇ ਤੁਸੀਂ ਬਾਹਰ ਵੀ ਦੇਖ ਲਿਆ ਕਰੋ ਅੰਦਰ ਕੰਮ ਬੰਦ ਕਮਰੇ ਚ ਮੀਟਿੰਗ ਹੋ ਰਹੀ ਸੋ ਤਾਂ ਜਵਾਬ ਲੈ ਸਕਦੇ ਸੀ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਕੋਲ ਅਧਿਕਾਰ ਖੇਤਰ ਹੈ ਉਹਨਾਂ ਨੂੰ ਕਹਿ ਸਕਦੇ ਸੀ ਕਿ ਇਹਦਾ ਜਵਾਬ ਚਾਹੀਦਾ ਕਿਉਂ ਇੰਨੀ ਗੰਦਗੀ ਹੈ ਕਿਉਂ ਨਹੀਂ ਪ੍ਰਬੰਧ ਸਹੀ ਕੀਤੇ ਗਏ ਹਸਪਤਾਲਾਂ ਦੇ ਹਾਂ ਤੁਸੀਂ ਲਿਖਤੀ ਜਵਾਬ ਮੰਗ ਲਓ ਤੁਸੀਂ ਗਵਰਨਰ ਨੂੰ ਭੇਜ ਦਿਓ ਹੂੰ ਗਵਰਨਰ ਨੂੰ ਭੇਜ ਦੋ ਚੀਫ ਸੈਕਟਰੀ ਨੂੰ ਭੇਜ ਦੋ ਮੈਡੀਕਲ ਸੈਕਟਰੀ ਨੂੰ ਭੇਜ ਦੋ ਮੁੱਖ ਮੰਤਰੀ ਨੂੰ ਭੇਜ ਦੋ ਕਿ ਵਾਈਸ ਚਾਂਸਲਰ ਅਸੀਂ ਬਦਲਣਾ ਹੈਗਾ ਮੰਨਿਆ ਕਿ ਡਾਕਟਰ ਰਾਜ ਭਾਦਰ ਇੱਕ ਪੋਲੀਟੀਕਲ ਬੰਦਾ ਕਿ ਬਾਦਲ ਸਾਹਿਬ ਨੇ ਵੀ ਉਹਨਾਂ ਨੂੰ ਵਾਈਸ ਚਾਂਸਲਰ ਆਤਾ ਕੈਪਟਨ ਮਰਿੰਦਰ ਸਿੰਘ ਨੇ ਤੀਜੀ ਵਾਰ ਐਕਸਟੈਂਸ਼ਨ ਲਈ ਤੀ 2014 ਜੋ ਮੰਨਿਆ ਕਿਉਂਕਿ ਅੱਜ ਕੱਲ ਸਾਰਾ ਜਿਨ ਜਰ ਤੁਹਾਡਾ ਸਿਆਸਤ ਦੇ ਵਿੱਚ ਤੁਹਾਡਾ ਗੱਠ ਜੋੜ ਨਹੀਂ ਹੈਗਾ ਉਹ ਇੱਕ ਵੱਖਰਾ ਪੱਖ ਹੈਗਾ ਕਿ ਤੁਸੀਂ ਸਿਆਸੀ ਲੋਕਾਂ ਨੇ ਮਿਲ ਕੇ ਚਾਪਲੂਸੀ ਕਰਕੇ ਉਹ ਮੰਨਿਆਗਾ ਉੱਥੇ ਭਰਤੀਆਂ ਵੀ ਕਹਿੰਦੇ ਉਹ ਹੋ ਰਹੀਆਂ ਵਾ ਗਲਤ ਹੋ ਰਹੀਆਂ ਮੰਨਿਆ ਫੇਰਾ ਫੇਰੀ ਹੋ ਰਹੀਆਂ ਠੱਗੀਆਂ ਹੋ ਰਹੀਆਂ ਗਲਤ ਭਰਤੀ ਹੋ ਰਹੀ ਹੈ ਤੀਜੀ ਵਾਰ ਉਹ ਉਪਕੁਲਪਤੀ ਬਣ ਗਏ ਨੇ 2014 ਤੋਂ ਲੈ ਕੇ ਹੁਣ ਤੱਕ ਸਭ ਕੁਝ ਮੰਨਿਆ ਪਰ ਸਿਹਤ ਮੰਤਰੀ ਦਾ ਜਿਹੜਾ ਅੱਜ ਦਾ ਐਕਸ਼ਨ ਆ ਗਿਆ ਉਹ ਬਰਦਾਸ਼ਤ ਕਰਨ ਯੋਗ ਨਹੀਂ ਹੈ ਉਹ ਗਲਤ ਆ ਉਹ ਕਿਤੇ ਵੀ ਨਹੀਂ ਦਿੰਦਾ ਹੈਗਾ ਉਹ ਵਿਹਾਰ ਦਾ ਹਿੱਸਾ ਨਹੀਂ ਹੈਗਾ ਸਾਡੇ ਸਲੀਕੇ ਚ ਨਹੀਂ ਸਾਡੇ ਸੰਸਕਾਰ ਚ ਨਹੀਂ ਹੈਗਾ ਔਰ ਤੁਸੀਂ ਇਹ ਨਹੀਂ ਹੈ ਕਿ ਸਿਹਤ ਮੰਤਰੀ ਬਣ ਕੇ ਆ ਕੇ ਤੁਸੀਂ ਖੁੱਦਾ ਲਾਗੇ ਜਿਹਨੂੰ ਮਰਜ਼ੀ ਜਾ ਕੇ ਬੇਇੱਜ਼ਤੀ ਕਰ ਦੋ ਤੁਹਾਡੇ ਕੋਲ ਰਾਈਟ ਆ ਤੁਸੀਂ ਲਿਖ ਕੇ ਭੇਜ ਦਿਓ ਤੁਹਾਡੇ ਕੋਲ ਤਾਕਤ ਆ ਤੁਹਾਡੇ ਕੋਲ ਸਰਕਾਰ ਆ ਵਾਈਸ ਚੈਂਸਰੂ ਹਟਾ ਦਿਓ ਗਵਰਨਰ ਨੂੰ ਲਿਖ ਕੇ ਭੇਜ ਦਿਓ ਕਿ ਇਹਨੂੰ ਹਟਾਇਆ ਜਾਵੇ ਇਹ ਬੰਦਾ ਕਾਬਿਲ ਨਹੀਂ ਹੈਗਾ ਪਰ ਇਹ ਕਿਥੋਂ ਦੀ ਸਿਆਣਪ ਆ ਗਈ ਆ 71 ਸਾਲ ਉਮਰ ਆ ਰਾਜਬਹਾਦਰ ਦੀ ਤੇ ਮੈਨੂੰ ਲੱਗਦਾ ਕਿ ਚੇਤਨ ਸਿੰਘ ਜੋੜੇ ਮਾਇਰੇ ਦੇ ਪਿਓ ਦੀ ਵੀ ਇੰਨੀ ਉਮਰ ਹੋਊਗੀ ਘਟੋ ਘੜ ਇੰਨੀ ਤੇ ਖਿਆਲ ਰੱਖ ਲੈਂਦਾ ਮੰਨਿਆ ਮੈਂ ਕਹਿੰਦਾ ਕਿ ਬੇਕਸੂਰ ਵਾਰ ਡਾਕਟਰ ਆਜ਼ਬਹਾਦਰ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਾ ਕੇ ਚੈੱਕ ਕਰੇ ਠੀਕ ਹੈ ਪਰ ਅਗੇ ਡਿਊਟੀਆਂ ਵੰਡੀਆਂ ਹੁੰਦੀ ਆ ਆਪਾਂ ਕਹਿੰਦੇ ਚਲੋ ਸਾਰਾ ਅੱਜ ਦਾ ਸਾਰਾ ਕਸੂਰੀ ਇਹਦਾ ਕੱਢ ਦਿੰਦੇ ਡਾਕਟਰ ਆਜ਼ਬਹਾਦਰ ਦਾ ਠੀਕ ਹੈ ਪਰ ਚੇਤਨ ਮਾਇਰੇ ਦਾ ਕਸੂਰ ਨਹੀਂ ਹੈਗਾ ਯਾਰ ਸੌ ਬੰਦੇ ਨੇ ਜਿਹੜੇ ਪੀਐਮਟੀ ਟੈਸਟ ਬੱਚੇ ਕਰਕੇ ਪੜ੍ਹ ਰਹੇ ਨੇ ਵੱਖ-ਵੱਖ ਪੰਜਾਬ ਦੇ ਕਾਲਜਾਂ ਦੇ ਵਿੱਚ ਜਾਂ ਵੱਡੇ-ਵੱਡੇ ਡਾਕਟਰ ਉਹਨਾਂ ਦੇ ਪੱਲੇ ਉਹ ਕੀ ਸੋਚਣਗੇ ਰਾਜਬਾਹਦਰ ਬਾਰੇ ਯਾਰ ਅਸੀਂ ਤੈਨੂੰ ਗੁਰੂ ਮੰਨਦੇ ਹਾਂਗੇ ਤੇ ਇਹ ਗੁਰੂ ਦੀ ਇੰਨੀ ਬੇਇੱਜ਼ਤੀ ਹੋ ਗਈ ਆ ਕਿ ਤੁਸੀਂ ਇੱਕ ਗੰਦੇ ਜਿਹੇ ਬੈੱਡ ਤੇ ਜਾ ਕੇ ਸਟੋਰ ਦੇ ਵਾਕੇ ਉਹ ਕਹਿੰਦੇ ਲੰਮੇ ਪੈਕੇ ਦਿਖਾਓ ਮੈਂ ਕਹਿੰਦਾ ਕਿ ਵਾਈਸ ਚਾਂਸਲਰ ਸ਼ਰੀਫ ਸੀ ਮੰਤਰੀ ਨੂੰ ਕਹਿੰਦਾ ਕਿ ਤੁਸੀਂ ਕੌਣ ਹੁੰਦੇ ਜੀ ਜੇ ਤੁਹਾਨੂੰ ਇੰਨੇ ਸੈਨ ਬਜਟ ਦੇ ਦੋ ਪਾਸ ਕਰਾ ਦਿਓ ਪੈਸੇ ਭੇਜ ਦਿਓ ਵਾਈਸ ਚਾਂਸਲਰ ਡਰਗੇ ਸ਼ਰੀਫ ਸੀ ਕੋਈ ਢੜਲੇ ਦਾ ਵਾਈਸ ਚਾਂਸਲਰ ਹੁੰਦਾ ਨਾ ਤੇ ਸਿਹਤ ਮੰਤਰੀ ਨੂੰ ਅੱਜ ਪੜਨੇ ਪਾ ਦਿੰਦਾ ਹੈਗਾ